بسم اللہ الرحمن الرحیم. السلام علیکم پیارے ناظرین. آج اسا سفر کرنے پے ہیں, محنت مزدوری تے وینے پے ہیں. ساڈے نال ساڈے واسطے دعا کرے سو تے اسا سیں ڈرائیونگ کو چھکی وینے تو دکھے سو اسا کیرے علاقے ج وینے پے ہیں. سارا موسمی صورتحال ہر چیز انشاءاللہ انجوائے کرے سو, سفر کو انجوائے کرے سو ساڈے نال تے اسا کیرا کام کرے او تو دکھے سو. اے لالے عطا اللہ دی سیں تصویر والا ٹرک ٹپدا پے, بڑی خوشی تھئی. ਕਰੇ ਸਾਡੇ ਨਾਲ ਤੂੰ ਠੱਗੀਆਂ ਤੇ ਮੈਂ ਮੀਆਂ ਵਾਲੀ ਕਿਉਂ ਆਵਾਂ. ਵਸ਼ ਲਾਲੇ ਜ਼ਿੰਦਗੀ ਲੰਘਾ ਦਿੱਤੀ ਏ. ਓਏ ਹੋਏ 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 ਲਾਲਾ, ਮੁਹੱਬਤ ਏ ਤੇਰੇ ਨਾਲ, ਇਸ਼ਕ ਏ, ਸਲਾਮਤ ਰਹਵੇਂ ਲਾਲਾ. ਟਰੱਕਾਂ ਦੀ ਖਾਸ ਡਰਾਈਵਰਾਂ ਤੂੰ ਪਸੰਦ ਏ, ਫੇਵਰੇਟ ਏ. ਤੇਰੀਆਂ ਤਸਵੀਰਾਂ ਦੇਖ ਕੇ ਬੜਾ ਦਿਲ ਖੁਸ਼ ਥੀਂਦੇ. ਅੱਛਾ ਮਾਰਕਾ, ਅਸਾਂ ਸਹੀ ਹੁਣ ਦਰਿਆ ਸਿੰਧ ਦੇ ਨਾਲ ਪਹੁੰਚੇ ਵਧੇ ਹਾਂ. ਕੁਰੇਸ਼ੀ ਮੋੜ ਕਨੇ ਅਸਾਂ ਕਰਾਸ ਕੀਤੀ ਵੈਨੂੰ ਅਤੇ ਇਨਸ਼ਾ ਅੱਲਾ ਡਰੈਸ ਮਿਲ ਖਾਨ ਕਰਾਸ ਕੀਤੀ ਵੈਨੂੰ. ਖੂਬਸੂਰਤ ਨਜ਼ਾਰਾ ਹੈ, ਪਿਆਰਾ ਮਾਹੌਲ ਹੈ. ਇਹ ਮਾਰਕਾ ਦਾਜਲ ਦੀ ਵਾਟ ਵੈਨੇ ਪੈਸੇ ਬੱਖਰ ਵਾਲੀ ਸਾਈਡ 'ਤੇ ਖੂਬਸੂਰਤ ਹਰੀਆਂ ਭਰੀਆਂ ਫਸਲਾਂ, ਮਾਹੌਲ, ਗੰਨਾ ਡੇਰੇ ਪਏ. ਇੰਜੋਏਮੈਂਟ ਹੈ, ਗਰਮੀ ਬਹੁਤ ਜ਼ਿਆਦਾ ਹੈ. ਡਬਲ ਮਾਸਕ ਪਾਤੀ ਵੈਨੇ ਹੈ. ਸਫ਼ਰ ਬਹੁਤ ਇਹਤਿਆਤ ਨਾਲ ਕਰਨੇ ਅਸੀਂ ਮਾਰਕਾ. ਅੱਲਾ ਤੋਂ ਖੁਸ਼ ਰੱਖੇ, ਸਾਰੇ ਨਾਲ ਰਸੋ ਇਨਸ਼ਾ ਅੱਲਾ. ਆਓ ਮਾਰਕਾ, ਅਸਾਂ ਸੇ ਖੂਬਸੂਰਤ ਸਾਫ ਸੁਥਰੇ ਸ਼ਹਿਰ ਬੱਖਰ ਦੇ ਵਿੱਚੋਂ ਟੱਪਦੇ ਪਏ ਹੈ. ਬਹੁਤ ਪਿਆਰਾ ਨਜ਼ਾਰਾ ਹੈ. ਇਹਨਾਂ ਦਾ ਜ਼ਬਰਦਸਤ ਗਰੀਨਰੀ, ਛੋਟੀਆਂ ਛੋਟੀਆਂ ਨਰਸਰੀਆਂ ਰੋਡ ਦੇ ਨਾਲ, ਬਹੁਤ ਜ਼ਬਰਦਸਤ ਮਾਹੌਲ. ਔਰ ਇਹ ਸ਼ਹਿਰ ਦੀ ਇੱਕ ਮੈਂ ਖੂਬਸੂਰਤ ਗੱਲ ਜਿਹੜੀ ਲੱਗੀ ਹੈ, ਉਹ ਰਕਸ਼ੇ ਜਿਹੜੇ ਨਵੇਂ ਤੋਂ ਨਵੇਂ ਇੱਥੇ ਇਸਤੇਮਾਲ ਕਰਨ, ਪੁਰਾਣੇ ਰਕਸ਼ੇ ਕੋਈ ਨਹੀਂ ਚਲਾਉਂਦਾ. ਪਤਾ ਨਹੀਂ ਕਿਆ ਵਜ੍ਹਾ ਹੈ, ਅਸਾਂ ਸੀ ਜਾਂਗ ਮੋੜ ਕਨੇ ਪਹੁੰਚਦੇ ਵਧੇ ਸੀ ਇਨਸ਼ਾ ਅੱਲਾ. ਦੇਦੇ ਪਏ ਖੂਬਸੂਰਤ ਜਿਹਾ ਨਜ਼ਾਰਾ, ਤੁਸੀਂ ਵਿਊ ਆਪ ਚੈੱਕ ਕਰੇ ਸੋ. ਇਹ ਮਾਰਕਾ, ਅਸਾਂ ਲਾਰੀ ਅੱਡਾ ਕਰਾਸ ਪਿਆ ਕਰਦੇ ਹਾਂ. ਖੂਬਸੂਰਤ ਮਸਜਿਦ ਬੜੀ ਖੜੀ ਹੈ, ਮਾਸ਼ਾ ਅੱਲਾ. ਇੰਨੇ ਲੋਕਾਂ ਦਾ ਤੱਕਿਆ ਕਲਾਮ, ਮਲਿਕ ਸਾਹਿਬ ਕਿਆ ਹਾਲ ਹੈ, ਮਲਿਕ ਸਾਹਿਬ ਕਿਆ ਹਾਲ ਹੈ. ਅਸਾਂ ਸੀ ਮਾਰਕਾ ਹੁਣ ਖੈਰ ਨਾਲ ਸਰਾਂ 'ਤੇ ਆਪੇ ਰਹੇ ਸੀ. ਖੂਬਸੂਰਤ ਜਿਹਾ ਸ਼ਹਿਰ ਹੈ. ਹੁਣ ਅਗਲਾ ਵਿਊ ਤੁਸੀਂ ਆਪ ਚੈੱਕ ਕਰੇ ਸੋ. ਹੁਣ ਬਸ ਸਿੱਧਾ ਰੋਡ ਕੁਛ ਕਹਿੰਦੇ ਪੈਸੇ. ਖੂਬਸੂਰਤ ਜੰਗਲ ਟਿੱਬੇ ਸ਼ੁਰੂ ਹਨ ਸੀ ਮਾਰਕਾ. ਸਰ ਨਾਲ ਰਸੋ. ਅੱਛਾ ਮਾਰਕਾ, ਗਰਮੀ ਬਹੁਤ ਜ਼ਿਆਦਾ ਹੈ. ਬਾ ਅਸਾਂ ਕਿ ਪਾਣੀ ਦਾ ਘੋਟੀ ਤੇ ਪੀਨੇ ਹੈ. ਆਪਣਾ ਬਲੋਚ ਭਿਰਾ ਟੱਕਰ ਗਏ. ਬਰਫ਼ ਦਾ ਖੋਖਾ ਦਾ ਨਿਜ਼ਾਮ ਲਈ ਪਿਆ. ਅਤੇ ਇੱਥਾਂ ਜਿਹੜਾ ਨਾਂ ਸਾਰੇ ਖੂਹ ਹੁੰਦੇ ਨੇ, ਉਹ ਕਿ ਇੱਥਾਂ ਖੂਹਾਂ ਦੇ ਨਾਂ 'ਤੇ ਮਸ਼ਹੂਰ ਹੈ. ਫਿਲਾਣਾ ਖੂਹ, ਫਿਲਾਣਾ ਖੂਹ. ਅਸਾਂਕੇ ਪਾਣੀ ਪੀਊਂ ਚਾਹ, ਬੜਾ ਠੱਡਾ ਪਾਣੀ ਹਾ. ਗਰਮੀ ਬਹੁਤ ਲੱਗੀ ਹੋਈ, ਅਸਾਂਕੇ ਥੋੜ੍ਹਾ ਜਿਹਾ ਸਟੇ ਕਰਨੇ ਹੈ ਚਾਹ. ਸਫ਼ਰ ਜਿਹੜੇ ਅਸਾਂ ਕਰਨੇ ਹੈ, ਸਾਡੀ ਆਦਤ ਇਹ ਹੁੰਦੀ ਹੈ ਮਾਰਕਾ, ਇਤਵਾਰੀ ਆਦਤ 'ਚ ਇੱਦਾਂ. ਇਹ ਬਰਫ਼ ਸ਼ਰਫ ਮਰਿੰਦਾ ਅੱਖੀਂ 'ਤੇ, ਅੱਖੀਂ ਜ਼ਬਰਦਸਤ ਠੰਡੀਆਂ ਯਾਖ ਥੀ ਵਿਨਨ. ਸਫ਼ਰ ਦਾ ਪਤਾ ਨਹੀਂ ਲੱਗਦਾ ਤੁਹਾਨੂੰ ਵਾਲੇ ਪ੍ਰੋਬਲਮ ਹੁੰਦਨ ਜਾਂ ਨਾ. ਦੇਖੋ ਵੱਡੇ ਲੋਕਾਂ ਨੇ ਕਰ ਸਕੇ ਅਤੇ ਥੋੜ੍ਹਾ ਥੋੜ੍ਹਾ ਮਰਿੰਦਾ ਪਿਆ ਬਰਫ਼. ਵਈ 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 ਮਾਹੌਲ ਬੜ ਵੈਂਦੇ. ਚਲੋ ਮਾਰਕਾ, ਸਫ਼ਰ ਦੇ ਬਿਸਮਿਲਾ ਕਰਨ ਦੇ ਪੈਸੇ. ਇਹ ਮਾਰਕਾ, ਇੱਥਾਂ ਥਲ ਦੇ ਇੱਥਾਂ ਟਿੱਬੇ 'ਤੇ ਮਨਕੇਰੇ ਵਾਲੀ ਸਾਈਡ 'ਤੇ ਥਾ, ਇੱਥੇ ਇੱਕ ਇਹਾ ਵਾਲੀ ਪੈਨ ਫੈਕਟਰੀ ਬੜਦੇ, ਬੂਰਾ ਬੜਦੇ, ਪਤਾ ਨਹੀਂ ਕਿਆ ਬੜਦੇ, ਜਿਹੜਾ ਲਾਇਆ ਨਹੀਂ ਹੋਈਆਂ ਲਈ ਖੱਗ ਲੈਂਦੀ. ਇੱਥੇ ਲੋਕ ਬੜੇ ਖੁਸ਼ਹਾਲ ਹਨ, ਦਰਖਤਾਂ ਦੇ ਨਾਲ ਵਿਚੇਨ ਹਨ, ਔਰ ਅੱਛਾ ਖਾਸਾ ਇਹਨਾਂ ਕੋਲ ਰੇਟ ਮਿਲਦੇ. ਮੈਂ ਕਿਹਾ ਚਲੋ ਇੱਕ ਨਵੀਂ ਚੀਜ਼ ਹੈ ਆਪਣੇ ਭੀਰਾਂ ਨੂੰ ਚੈੱਕ ਕਰਾਵਾਂ ਚਾਹ. ਔਰ ਸਾਨੂੰ ਥੋੜ੍ਹਾ ਰਾਏ ਵੀ ਦਿੱਤੀ ਕਰੋ, ਸਾਰੇ ਵੀਡੀਓ ਸਹੀ ਹਨ, ਗਲਤ ਹਨ. ਪਲੀਜ਼ ਸਾਡੀ ਜ਼ਰਾ ਹੌਸਲਾ ਅਫਜ਼ਾਈ ਥੀ ਵੀ ਕਮੈਂਟ ਹੈ, ਜਿਹੜਾ ਸੋਚ ਆ ਚੈਨਲ ਤੁਹਾਡੇ ਭੀਰਾ ਦਾ ਸਹੀ ਮਾਰ ਧਾਰ ਨਾਲ ਉਗਤੇ ਉਗਤੇ ਵਹਿੰਦਾ ਪਏ. ਮਾਸ਼ਾਅੱਲਾ ਸਬਸਕ੍ਰਾਈਬਰ ਮੁਕੰਮਲ ਕੰਪਲੀਟ ਥੀ ਗਏ, ਹੁਣ ਸਿਰਫ ਵਾਚ ਟਾਈਮ ਰਹਿਣਾ ਪਏ. ਕੁਝ ਦਿਵਾਰਾਂ ਯਾਰ ਗੁਜ਼ਾਰਾ ਕਰੇ ਸੋਚਾ, ਸਾਰੇ ਵਾਚ ਟਾਈਮ ਵਾਸਤੇ ਵੀਡੀਓ ਮੁਕੰਮਲ ਦੇਖ ਸੋਚਾ. ਚਲੋ ਇੱਕ ਸੱਚ ਕੂੜ ਦਾ ਪਤਾ ਲੱਗਦੇ, ਕੋਈ ਕੁਛ ਮਿਲਦੀ ਹੈ ਜਾਂ ਨਹੀਂ ਮਿਲਦੀ. ਆਵਾਮ ਤਾਂ ਬਹੁਤ ਮੱਝਾਂ ਕਮੈਂਦੀ ਪਈ ਹੈ. ਚਲੋ ਤੁਹਾਡਾ ਭਿਰਾ ਹੀ ਲੱਗਾ ਵਧੇ. ਪਰ ਇਨਸ਼ਾਅੱਲਾ ਮੈਂ ਆਪਣੇ ਸ਼ਹਿਰ ਦਾ ਪਹਿਲਾ ਯੂਟਿਊਬਰ ਹੋਸਾਂ ਜਿਹੜਾ ਡਾਲਰ ਕਮੇ ਸੀ. ਸਰ ਨਾਲ ਰਸੋ. ਔਰ ਸਫ਼ਰ ਦਾ ਸਫ਼ਰ ਹੈ, ਇੰਜੋਏਮੈਂਟ ਦੀ ਇੰਜੋਏਮੈਂਟ ਹੈ. ਤੁਹਾਡਾ ਹਾਲ ਹਵਾਲੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ. ਅੱਲਾ ਤੁਹਾਨੂੰ ਖੁਸ਼ ਰੱਖੇ, ਸਲਾਮਤ. ਬੀਆ ਮਾਰਕਾ ਤੋਂ ਕੋਈ ਦੱਸਾਂ ਚਾਹ, ਅਸਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਹੀ ਲਿਖਦੇ ਰਹਿੰਦੇ ਹਾਂ.
اگر سنل گال بات مشورہ بجھارتا کسے کہانیاں سنا کشے اتوارے کن ہوئے سنا شیئر کرے سو۔ اچھا مار کا سائیں چوکی کراس کرنے پہ سیدھی پوچھ دے پہلے ہی چوکی تے بڑا ڈر کے ٹپ دا ہمیں ہوں الحمد للہ سٹاف جرے کوئی تنگ نہیں کرنا پتہ نہیں پہلے سارا واہ میں جاسا نویں آندیا سے بڑا پہلے تھوڑا جہا اوکھے تھی نیا سے۔ پنجاب پولیس زندہ باد اللہ انہیں خوش رکھے ڈپٹی فل بٹا فل کرنے بیٹھ رہا مار کا بس ٹبے نہ سفر چھکی پیسے گرمی فل چڑھی کھڑی ہے تو بس سفر تھوڑا جہ جو ٹبے والا جرے گھنٹے کھاندہ کراس تھی سی ب پیچھے سفر سمجھو چھک گی دیسے سنا رسو فل ٹبے ون تو پانی تھا اتنا جھکا کہیں نہیں سارے علاقے 350 فٹ تے پانی ہونا مارکا اتنا تے پنجو بس 40-50 فٹ تے پانی نکل آدھے زبردست جی ہاں وش جلے ٹبے دے دیں سگو سسی یاد آوندی ہائے سسی متا کیچی لڑنی خانہ تیری مندری سیج تے رہ گئی متا کیچی لڑنی چاہی ون فضل کے جہاں دور کے جہاں نظام۔ چلو مارکا چلو اپنے ٹاپک دو آنے تھکے بہوں ودے ہیں کہ تھی ہاتھ منہ دھونے ہیں بہوں گرمی ہے اللہ کسی بورنگ کوئی مت آوے ہاتھ منہ دھوسوں۔ چلو مارکا بورنگ آ گئے زبردست جی ہم بورنگ ہے نائک صاحب ہاتھ منہ دھونے پین تو دیتے پہ اوکے دی رپورٹ ہے ٹھڈا یخ پانی ہے بس آ کوئی فل شوق تھی اکھڑے اسی ہاتھ منہ دھونے ہیں ہمارے ساتھ رہنا مارکا میں بھوک بہت لگی ہوئی ہے تو اصا اتوں آئے بیٹھے سے اسی مارکا ٹرکیاں اڈا ہے 18,000 یہ کچھ قدرا پہل ہوا دے تو اتنا اِسی دال ماش منگوائی بیٹھوں زبردست دال ماش سفر تھوڑا خیال کرنے ہیں وی پی سلاد سلادے بلوچ ہوٹل ان نا ہے سارے استاد پہن تھے کالا استاد پیا تھیا میں ذرا جی تھوڑا جی میں ٹرکن چھکین نا راکٹیں خاص کر کالا استاد سرینا ایویں پیار کے محبت کے چاہ پیتی سے سی گرمی شرمی ٹلی گئی ہے مارکا تو ہوں تھوڑے سینے پیسے تو کنتے وینے پیسے کیا کرنا وینے پیسے پیارے ناظرین سارا جھانگ دا علاقہ ہے جھانگ دا علاقے سے وینے پیسے قسطے کا سامان شروع کرنا ہے سال دے ادھار تے تو اگے ہن اگے بے سیزن تے وینے سے مطلب کنکیں وینے سے چاولوں تے وینے سے اتوار ہی وینے پیسے قربانی والا کام کار سال دے ادھار تے سامان سیل کرن یہ سر حال حوال ہیڈ ترمو سے کراس کرنے پیوں بہت پیارا نظارہ ہے بہت ٹھڈی میٹھی روتے ٹھڈی میٹھی جا ہے ویسے گرمی اتھا آ کے اچھی فیلنگ آدھی ہے سونگ ہے نا یہ تو وہی جگہ ہے گزرے تھے ہم جہاں سے لے آئی قسمت ہمیں پھر کہاں سے یہ تو وہی جگہ ہے گزرے تھے ہم جہاں سے۔ مارکب آسا خیر خریت نال الحمدللہ 18,000 کراس کر کے تو ملو موڑ کو اپڑے ودے ہیں ہمارے ساتھ رہنا بس مارکا اسائیں ٹوبے دے نال 78 اڈا آندے اتھا سارے گاؤں دے رہندے پین منیر بھائیونی رات انہیں کے سٹے وین کرندے سے دے دے پہ اتھا کپاہ دا بہن زور ہے تے کپاہ زبردست ہوندی ہے علاقے دے اور ماشاءاللہ چنگی وڈی وڈی تھئی ودی ہے فل محنتی لوگن پیور پنجابی سپیکنگ لوگن چڑھدے پنجاب والی کار مطلب انڈیا دی کار زبردست جی دی بالکل پیور ٹھوس پنجابی ہوندی ہے محنتی لوگن اساں خیر خرید نال سی پہنچے سے صدمیر بھائی بیٹھن تھے اتنا چاہ شاہ پیتی سے آج ہماری دعوت ہے ان کے پاس اللہ ان کو خوش رکھے زبردست جی ہاں سکون گھر والی کار ہے گھر کے آپ سمجھو بیا گھر والا ماحول مل وے سفر دا یقین کو پتہ نہیں لگتا بھائی یہ جی ہاں یہ چھوٹا جڑا ولاگ ہے آئی ہوپ ساری ویڈیو تو بہت پسند آئی سی اگر پسند ہے سارے چینل کو سبسکرائب لازمی کر سو والا مل سو نو ولاگ دن ساگو سے اجازت اللہ حافظ پاکستان زندہ باد۔